ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੀ ਤੂੰ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਬਿਲਕੁਲ ਠੀਕ ਹੈ। ਟਾਈਮ ਹੋ ਰਿਹਾ 6:45 ਦਾ ਅਤੇ ਮੈਂ ਲੱਗ ਗਈ ਆਪਣੀ ਡਿਊਟੀ 'ਤੇ। ਮੈਂ ਕਿਹਾ ਚਲੋ ਪਹਿਲਾਂ ਕੱਪੜੇ ਧੋਏ ਮੈਂ ਬਾਹਰ, ਫਿਰ ਅੰਦਰਲੇ ਕੰਮ ਕਰੂੰਗੀ। ਸਬਜ਼ੀ ਮੈਂ ਹਜੇ ਬਣਾਉਣ ਨਹੀਂ ਲੱਗੀ, ਕੋਈ ਤਿਆਰੀ ਨਹੀਂ ਕਰੀ, ਅਤੇ ਬਸ ਮੈਂ ਬਾਹਰ ਆ ਗਈ। ਮੈਂ ਕਿਹਾ ਕੱਪੜੇ ਧੋ ਨਾ, ਕੱਪੜੇ ਧੋ ਕੇ ਪਾਇਆ ਵਾ, ਫਿਰ ਬਾਹਰ ਵਾਲਾ ਕੰਮ ਖਤਮ ਹੋ ਜੂ, ਫਿਰ ਆਪਾਂ ਇੱਕ ਪਾਸੇ ਕੰਮ ਕਰੀ ਜਾਂਦੇ ਅਤੇ ਕੱਪੜੇ ਪਾਏ ਹੋਏ ਨੇ ਮਸ਼ੀਨ 'ਚ, ਫਿਰ ਮੈਂ ਅੰਦਰ ਜਾਊਂ ਕੱਪੜੇ ਧੋ ਕਰਦੇ ਕਿ ਧੋਤੇ ਕਰਦੇ ਹੀ ਰਹਿ ਗਏ ਬਸ। ਬੰਦ ਕਰਤੀ ਸੀ ਮੈਂ, ਕਹਿੰਦੇ ਬੋਲਦੇ ਫਿਰ ਆਵਾਜ਼ ਆਉਂਦੀ ਮਸ਼ੀਨ ਦੀ, ਮੇਰੀ ਆਵਾਜ਼ ਘੱਟ ਆਉਂਦੀ। ਨਾਲ ਦੀ ਨਾਲ ਧੋਤੇ ਆਉਂਦੇ, ਨਾਲ ਦੀ ਨਾਲ ਸੁੱਕਣੇ ਪਾਈ ਜਾਂਦੇ, ਫਿਰ ਇਹ ਮਸ਼ੀਨ ਦੇ ਉੱਪਰ ਹੀ ਖੜਨਾ ਪੈਂਦਾ ਹੁੰਦਾ। ਗਰਮੀਆਂ ਵਿੱਚ ਮੈਂ ਮੋਸਟਲੀ ਇਹ ਮਸ਼ੀਨ ਯੂਜ਼ ਕਰਦੀ ਹਾਂ, ਜੇ ਕੱਪੜੇ ਕਿਤੇ ਜ਼ਿਆਦਾ ਹੋਣੇ ਆ, ਮੇਰੀ ਸਿਹਤ ਨਾ ਠੀਕ ਹੋਵੇ, ਹੈ ਨਾ, ਫਿਰ ਮੈਂ ਫੁੱਲ 'ਚ ਵੀ ਪਾ ਦਿੰਦੀ ਹਾਂ। ਉਹ ਵੈਸੇ ਗਰਮੀ 'ਚ ਮੈਂ ਸੈਮੀ ਜ਼ਿਆਦਾ ਪ੍ਰੈਫਰ ਕਰਦੀ ਹਾਂ, ਜਿਸ ਨੂੰ ਕਦੇ ਬੈਡਸ਼ੀਟਸ ਇਕੱਠੀਆਂ ਹੋਣ ਫਿਰ ਫੁੱਲ 'ਚ ਵੀ ਪਾ ਦਿੰਦੀ, ਟੋਵਲ ਵਗੈਰਾ ਹੋਣ। ਦੋਨੇ ਮਸ਼ੀਨਾਂ ਦਾ ਸੁੱਖ ਆ, ਪਰ ਗਰਮੀਆਂ 'ਚ ਹੁੰਦਾ ਵੀ ਕੱਪੜੇ ਪਾਉਣ ਵੀ ਹੁੰਦੇ ਨੇ, ਬਹੁਤ ਬਹੁਤ ਜ਼ਿਆਦਾ ਟਾਈਮਿੰਗ ਦੀ ਲੋੜ ਨਹੀਂ ਪੈਂਦੀ ਹੈਗੀ, ਫਿਰ ਇਸ ਕਰਕੇ ਮੋਸਟਲੀ ਮੈਂ ਇਹੀ ਪ੍ਰੈਫਰ ਕਰਦੀ ਵੀ ਇਹੀ ਮਸ਼ੀਨ 'ਚ ਪਾਵਾਂ। ਕੱਪੜੇ ਧੋਤੇ ਗਏ ਤਾਂ ਟਾਈਮ ਹੋ ਗਿਆ 6:30 ਦਾ, ਬਾਹਰਲਾ ਕੰਮ ਹੋ ਗਿਆ ਡਨ। ਹੁਣ ਮੈਂ ਜਾਂਦੀ ਹਾਂ ਅੰਦਰ ਆਪਣਾ ਬ੍ਰੇਕਫਾਸਟ ਬਣਾਉਣੀ ਆ, ਸਬਜ਼ੀ ਬਣਾਉਣੀ ਆ। ਕੱਪੜੇ ਚਲੋ ਵਧੀਆ ਟਾਈਮ ਨਾਲ ਹੀ ਧੋਤੇ ਗਏ। ਸਬਜ਼ੀ ਬਣ ਕੇ ਹੋ ਗਈ ਤਿਆਰ, ਅਤੇ ਇਸ 'ਚ ਮੈਂ ਮੇਥੀ ਪਾਤੀ। ਸਰਦੀਆਂ ਵਿੱਚ ਧਨੀਆ ਦੀ ਆਪਸ਼ਨ ਹੁੰਦੀ ਆ, ਪਰ ਗਰਮੀਆਂ ਵਿੱਚ ਮੇਥੀ ਪਾ ਦਿੰਦੇ ਹਾਂ ਨਾ, ਸੁਕਾਈ ਹੋਈ ਮੇਥੀ, ਉਹਦਾ ਵੀ ਅੱਛਾ ਫਲੇਵਰ ਆ ਜਾਂਦਾ ਸਬਜ਼ੀ ਵਿੱਚ। ਅਤੇ ਹੁਣ ਜਿਵੇਂ ਕੱਪੜੇ ਧੋਤੇ ਹੋਏ ਸੀ, ਨਾਲ ਦੇ ਨਾਲ ਸੁੱਕ ਰਹੇ ਸੀ, ਮੈਨੂੰ ਅਸੀਂ ਉਤਾਰ ਲਿਆ, ਜਿੰਨੇ ਸੁੱਕੀ ਜਾ ਰਹੇ ਸੀ ਨਾਲ ਦੇ ਨਾਲ ਉਤਾਰੀ ਜਾ ਰਹੇ ਸੀ, ਕਿਉਂਕਿ ਘੰਟੇ ਦੇ ਵਿੱਚ ਕੱਪੜੇ ਆਰਾਮ ਨਾਲ ਸੁੱਕ ਜਾਂਦੇ, ਧੁੱਪ ਇੰਨੀ ਜ਼ਿਆਦਾ ਤੇਜ਼ ਪੈਂਦੀ ਆ। ਅਤੇ ਨਾਲ ਐਂ ਵੀ ਹੁੰਦਾ ਵੀ ਚਲੋ ਹੈ ਨਾ, ਫਿਰ ਆਪਾਂ ਨਹਾ ਕੇ ਰੈਸਟ ਕਰਾਂਗੇ, ਅਤੇ ਉਦੋਂ ਪਹਿਲਾਂ ਕੱਪੜੇ ਬਾਹਰੋਂ ਸੰਭਾਲ ਦਈਏ। ਅਤੇ ਬਸ ਜਿਸ ਦਿਨ ਕੱਪੜੇ ਧੋਣੇ, ਫਿਰ ਮੈਨੂੰ ਐਂ ਹੁੰਦਾ ਵੀ ਜਿਵੇਂ ਜਿਵੇਂ ਸੁੱਕੀ ਜਾਂਦੇ ਨੇ ਉਤਾਰੀ ਚੱਲਾਂ, ਇਹਨਾਂ ਨੂੰ ਸੰਭਾਲੀ ਚੱਲਾਂ, ਪ੍ਰੈਸ ਵਾਲੇ ਪ੍ਰੈਸ ਨਹੀਂ ਰੱਖਦਾ, ਤੈਅ ਕਰਨ ਵਾਲੇ ਤੈਅ ਕਰਕੇ ਰੱਖਦਾ। ਬਸ ਇਹੀ ਹੁੰਦਾ ਰੂਟੀਨ ਵੀ, ਜਿੰਨੇ ਘਰ ਦੇ ਕੰਮ ਹੋ ਜਾਣ ਸਵੇਰੇ ਮੋਰਨਿੰਗ ਵਿੱਚ, ਉਨੇ ਜ਼ਿਆਦਾ ਵਧੀਆ, ਕਿਉਂਕਿ ਸਵੇਰੇ ਸਵੇਰੇ ਨਾ ਆਪਣੇ ਐਨਰਜੀ ਲੈਵਲ ਵੀ ਜ਼ਿਆਦਾ ਹੁੰਦਾ, ਅਤੇ ਜਿਵੇਂ ਜਿਵੇਂ ਦਿਨ ਛਿਪਦਾ ਜਾਂਦਾ ਆਪਣੀ ਜਿਹੜੀ ਐਨਰਜੀ ਲੋਅ ਹੁੰਦੀ ਜਾਂਦੀ ਆ, ਅਤੇ ਮੋਰਨਿੰਗ 'ਚ ਫਿਰ ਕੰਮ ਕਰਕੇ ਆਪ ਨੂੰ ਵੀ ਹੌਸਲਾ ਮਿਲਦਾ ਵੀ ਆਪਾਂ ਇੰਨੇ ਕੰਮ ਕਰ ਲਏ, ਵਧੀਆ ਲੱਗਦਾ ਆਪ ਨੂੰ ਵੀ ਚਲੋ ਵਿਹਲੇ ਨਾ ਬੈਠੀਏ, ਜਿਹੜੇ ਕੰਮ ਹੁੰਦੇ ਨੇ ਕਰੀ ਚੱਲੀਏ। ਅਤੇ ਕੱਪੜੇ ਮੈਂ ਤੈਅ ਵਾਲੇ ਤੈਅ ਕਰਤੇ, ਇੱਕ ਦੋ ਕੁਛ ਬਾਹਰ ਪਏ ਨੇ। ਅਤੇ ਹੁਣ ਨਾ ਮੇਰੇ ਕੋਲ ਅੱਜ ਕੰਮ ਹੋਰ, ਮੈਂ ਡਸਟਿੰਗ ਦਾ ਕੁਛ ਵੀ ਨਹੀਂ ਛੇੜਿਆ, ਸਾਫ਼ ਸਫਾਈ ਦਾ ਬਸ, ਕਿਚਨ ਦਾ ਕੰਮ ਸੀ ਜਾਂ ਕੱਪੜੇ ਧੋਤੇ ਨੇ। ਫਿਰ ਮੈਂ ਕਿਹਾ ਚਲੋ ਵਿਹਲੀ ਨਾ ਬੈਠਾ, ਜੇ ਕੰਮ ਕਰਨ ਨੂੰ ਅੱਜ ਦਿਲ ਨਹੀਂ ਕਰਦਾ, ਅੰਦਰੋਂ ਸਾਫ਼ ਸਫਾਈ ਕਰਨ ਨੂੰ ਨਹੀਂ ਮਨ ਮੰਨਦਾ ਵੀ ਕੱਪੜੇ ਪ੍ਰੈਸ ਕਰਨਾ ਨਹੀਂ, ਫਿਰ ਦਿਨੇ ਵੀ ਕਰਨੇ ਪੈਣਗੇ, ਅਤੇ ਦਿਨੇ ਗਰਮੀ ਹੋ ਜਾਂਦੀ ਆ ਜ਼ਿਆਦਾ, ਉਦੋਂ ਮੈਨੂੰ AC ਲਗਾਉਣਾ ਪਊਗਾ। ਹੁਣ ਚਲੋ ਆਪਣਾ ਸਰੀਰ ਭੱਖਿਆ, ਆਪਾਂ ਇੱਕ ਫਲੋ 'ਚ ਚੱਲੀ ਜਾਂਦੇ, ਕੰਮ ਦੇ ਫਲੋ 'ਚ ਹੈ ਨਾ ਚੱਲੀ ਜਾਂਦੇ ਹਾਂ, ਵੀ ਚਲੋ ਪ੍ਰੈਸ ਕਰਕੇ ਰੱਖ ਲੈਂਦੇ ਹਾਂ। ਹੁਣ ਤਾਂ ਐਂ ਹੋਊਗਾ ਆਪਣਾ, ਆਪਾਂ ਨੂੰ ਐਂ ਹੁੰਦਾ ਵੀ ਚਲੋ ਮੋਰਨਿੰਗ 'ਚ ਹੁਣ ਆਪਾਂ ਨਹਾ ਕੇ ਰੈਸਟ ਤਾਂ ਕਰਾਂਗੇ, ਵੀ ਚਲੋ ਆਹ ਕੰਮ ਵੀ ਕਰ ਲਈ, ਆਹ ਵੀ ਕਰ ਲਈ, ਫਿਰ ਮੈਨੂੰ ਵੀ ਐਂ ਹੁੰਦਾ ਵੀ ਚਲੋ ਆਹ ਵੀ ਕਰ ਲਈ। ਇੱਕ ਦਿਨੇ ਗਰਮੀ ਜ਼ਿਆਦਾ ਹੋ ਜਾਂਦੀ ਕਮਰਿਆਂ 'ਚ ਨਾ, ਗਰਮੈਸ਼ ਬਹੁਤ ਜ਼ਿਆਦਾ ਹੋਈ ਧੁੱਪ ਆਉਂਦੀ ਜਦੋਂ, ਅਤੇ ਇਸ ਕਰਕੇ ਮੈਂ ਚਲੋ ਕੱਪੜਿਆਂ ਦਾ ਪ੍ਰੈਸ ਦਾ ਕੰਮ ਵੀ ਨਾਲ ਦੀ ਨਾਲ ਖਤਮ ਕਰ ਲਾਂ। ਆਹ ਵਾਲੇ ਰੂਮ ਵਿੱਚ ਨਾ ਇਹ ਰੂਮ ਠੰਡਾ, ਪਰ ਦੁਪਹਿਰ ਤੋਂ ਬਾਅਦ ਇੱਧਰ ਛਿਪਦੀ ਧੁੱਪ ਆਉਂਦੀ ਆ ਪਿਛਲੀ ਕੰਧ 'ਤੇ, ਅਤੇ ਫਿਰ ਉਦੋਂ ਰੂਮ ਤਪ ਜਾਂਦਾ, ਸਵੇਰੇ ਸਵੇਰੇ ਇਹ ਰੂਮ ਠੀਕ ਹੁੰਦਾ ਗਾ। ਅਤੇ ਇਸ ਕਰਕੇ ਵੀ ਮੈਨੂੰ ਐਂ ਹੁੰਦਾ ਵੀ ਚਲੋ ਕੱਪੜੇ 'ਚ ਲਾਲਚ ਹੋ ਜਾਂਦਾ ਕਈ ਵਾਰ ਵੀ ਸਵੇਰੇ ਹੀ ਪ੍ਰੈਸ ਕਰ ਲਾਂ, ਦਿਨੇ ਮੈਨੂੰ ਦੁਪਹਿਰੇ ਫਿਰ ਔਖੇ ਲੱਗਦੇ, ਦੁਪਹਿਰੇ AC ਲਗਾਉਣਾ ਪੈਂਦਾ ਸਪੈਸ਼ਲ ਪ੍ਰੈਸ ਕਰਨ ਵਾਸਤੇ, ਅਤੇ ਪ੍ਰੈਸ ਦਾ ਕੰਮ ਵੀ ਸਵੇਰੇ ਹੀ ਜਲਦੀ ਖਤਮ। ਮੈਂ ਕਰਦੀ ਆਪਣਾ ਲੰਚ, ਕਰੇਲਿਆਂ ਦੀ ਸਬਜ਼ੀ, ਇੱਧਰ ਹੈਗੀ ਆ ਲੋਬੀਆ ਰੋਂਗੀ, ਦਹੀਂ ਸੈਲਡ ਐਂਡ ਫੁਲਕਾ। ਹੁਣ ਹੋ ਗਿਆ ਲੰਚ ਟਾਈਮ, ਅੱਜ ਹੈਗਾ 1:30 ਦਾ ਟਾਈਮ, ਅਤੇ ਲੰਚ ਕਰ ਲਈਏ। ਮੈਂ ਨਾ ਆਪਣੇ ਰੂਮ ਦੇ ਕਰਟਨਸ ਵਾਸ਼ ਕਰਨੇ ਸੀ, ਸਾਲ 'ਚ 2 ਵਾਰੀ ਕਰਦੇ ਹੁਣ, ਇੱਕ ਦਿਵਾਲੀ ਵੇਲੇ, ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਅਪ੍ਰੈਲ ਮਈ 'ਚ ਉਦੋਂ, ਹੈ ਨਾ, ਪਰ ਅਪ੍ਰੈਲ ਵੀ ਲੰਘ ਗਿਆ, ਮਈ ਵੀ ਲੰਘ ਗਿਆ, ਜੂਨ ਵੀ ਆਲਮੋਸਟ ਹਾਫ ਲੰਘ ਗਿਆ। ਮੈਂ ਦਵਿੰਦਰ ਨੂੰ ਕਿੱਦੇ ਦੀ ਕਹਿ ਰਹੀ ਸੀ ਕਰਟਨਸ ਉਤਾਰ ਦਿਉ, ਅਤੇ ਮੈਂ ਧੋਦਾ, ਪਰ ਉਤਾਰਨੇ ਦੁਪਹਿਰ ਤੋਂ ਬਾਅਦ ਸੀ, ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਇੱਧਰ ਧੁੱਪ ਹੁੰਦੀ ਆ ਵਿੰਡੋ 'ਤੇ, ਵੀ ਦੁਪਹਿਰ ਤੋਂ ਬਾਅਦ ਉਤਾਰ ਦਈਏ, ਮੈਂ ਧੋਦਾ ਅਤੇ ਫਿਰ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਇਹਨਾਂ ਨੂੰ ਲਗਾ ਦਈਏ, ਹੈ ਨਾ।
ਅਤੇ ਇਸ ਕਰਕੇ ਦਵਿੰਦਰ ਨੂੰ ਕਹਿ ਰਹੀ ਸੀ, ਬਸ ਉਹ ਕਹਿੰਦੇ ਸੀ ਖੜ ਜਾ ਕੋਈ ਨਾ, ਸ਼ਾਮ ਨੂੰ ਦੇਖੋ ਕੋਈ ਨਾ, ਸਵੇਰੇ ਦੇਖ ਲਾਂਗੇ, ਬਸ ਐਂ ਕਰਦੇ ਕਰਦੇ ਫਿਰ ਮੈਂ ਕਿਹਾ ਚਲੋ ਅੱਜ ਮੈਂ ਹੀ ਕਿਉਂ ਨਾ ਟਰਾਈ ਕਰ ਲਾਂ। ਇਹ ਥੋੜ੍ਹਾ ਜਿਹਾ ਮੈਂ ਇਸ ਕਰਕੇ ਨਹੀਂ ਆਪ ਤੋਂ ਪੰਗਾ ਲੈ ਰਹੀ ਸੀ, ਪਾਈਪ ਲੰਬੀ ਆ, ਹੈਵੀ ਪਾਈਪ ਹੈ, ਪੜਦੇ ਵੀ ਹੈਵੀ ਨੇ ਅਤੇ ਮੇਥੋਂ ਪਤਾ ਨਹੀਂ ਉਤਰਨਗੇ ਤਾਂ, ਪਰ ਅੱਜ ਮੈਂ ਆਪਣੇ ਆਪ ਹਿੰਮਤ ਹੀ ਕਰਕੇ ਚਲੋ ਉਤਾਰ ਹੀ ਲਏ ਅਤੇ ਪਰਦਿਆਂ ਨੂੰ ਕਰਾਂਗੇ ਵਾਸ਼। ਮੈਂ ਕਿਹਾ ਚਲ ਪਰਦੇ ਪਹਿਲਾਂ ਮਸ਼ੀਨ 'ਚ ਪਾਇਆ ਵਾਂ, ਫਿਰ ਕਮਰੇ ਦੀ ਕਰੂੰਗੀ ਸਫਾਈ। ਅਤੇ ਦੋ ਪਰਦਿਆਂ ਨੂੰ ਮੈਂ ਇੱਦਾਂ, ਕੋਈ ਵੀ ਪੁਰਾਣੇ ਤੁਸੀਂ ਸ਼ੂ ਦਾ ਲੇਸ ਲੈ ਲਓ, ਕੋਈ ਨਾਲਾ ਲੈ ਲਓ, ਉਹਦੇ ਨਾਲ ਬੰਨ ਲਓ ਹੈ ਨਾ, ਜਾਂ ਰੱਸੀ ਨਾਲ ਬੰਨ ਕੇ, ਅਤੇ ਉੱਤੋਂ ਮੈਂ ਇਹਨੂੰ ਜਰਾਬ ਚੜ੍ਹਾ ਦਿੰਦੀ ਹਾਂ ਤਾਂ ਕਿ ਜਿਹੜੇ ਕਰਟਨ ਦੇ ਰਿੰਗਸ ਨੇ, ਸਟੀਲ ਦੇ ਰਿੰਗਸ ਨੇ, ਖਰਾਬ ਨਾ ਹੋਣ, ਵਿੰਗੇ ਨਾ ਹੋਣ ਅਤੇ ਖੁੱਲ੍ਹਣ ਨਾ। ਅਤੇ ਇਹ ਹੁੰਦਾ ਕਿ ਜਰਾਬ ਵਿੱਚ ਜੀ ਪਾਣੀ ਵੀ ਜਾਂਦਾ, ਸਰਫ ਵੀ ਜਾਂਦਾ, ਅਤੇ ਇਹ ਨਹੀਂ ਹੁੰਦਾ ਕਿ ਵਿੱਚੋਂ ਸਫਾਈ ਨਹੀਂ ਹੁੰਦੀ। ਅਤੇ ਮੇਰਾ ਇਹੀ ਤਰੀਕਾ ਕਰਟਨਸ ਤੋਂ ਹੁੰਦਾ, ਹਮੇਸ਼ਾ ਰਿੰਗਸ ਬੰਨ ਕੇ ਉੱਤੋਂ ਮੈਂ ਪੁਰਾਣੀ ਜਰਾਬ ਚੜ੍ਹਾ ਦਿੰਦੀ ਹੁੰਦੀ ਹਾਂ, ਫਿਰ ਕਰਟਨ ਦੇ ਰਿੰਗਸ ਖਰਾਬ ਨਹੀਂ ਹੁੰਦੇ, ਵਿੰਗੇ ਟੇਢੇ ਨਹੀਂ ਹੁੰਦੇ। ਫੜਦੇ ਪਾਈ ਮੈਂ ਮਸ਼ੀਨ 'ਚ, ਫੁੱਲ ਮਸ਼ੀਨ 'ਚ ਪਾਈ, ਅਤੇ ਹੁਣ ਮੈਂ ਬੈੱਡਸ਼ੀਟ ਵਿੱਚ ਮੈਂ ਕਿਹਾ ਚਲੋ ਚੇਂਜ ਕਰਦਾ, ਸਾਰੇ ਕੰਮ ਇਕੱਠੇ ਹੋ ਜਾਣਗੇ, ਬੈੱਡਸ਼ੀਟ ਚੇਂਜ ਕਰ ਦਿੰਦੀ ਹਾਂ, ਨਿਚਲੀ ਬੈੱਡਸ਼ੀਟ ਮੈਂ ਲਾਸਟ ਵਾਰੀ ਵਿਛਾਈ ਸੀ ਇਹਨੂੰ ਝਾੜ ਕੇ ਹੀ ਵਿਛਾ ਦਿੰਦੀ ਹਾਂ, ਵੀ ਰੂਮ ਦੀ ਇੱਕ ਤਰ੍ਹਾਂ ਸਫਾਈ ਜੀ ਹੋ ਜੂਗੀ ਸਾਰੇ ਰੂਮ ਦੀ। ਅਤੇ ਹੁਣ ਮੈਂ ਸੋਚਿਆ ਚਲੋ ਪੱਖਾ ਵੀ ਸਾਫ਼ ਕਰ ਦਿੰਦੇ, ਪਿਛਲੀ ਵਾਰ ਪੱਖਾ ਨੇ ਸਾਫ਼ ਕਰਿਆ, ਫਿਰ ਜਿਸ ਦਿਨ ਪੱਖਾ ਸਾਫ਼ ਕਰਨਾ ਹੁੰਦਾ ਐਂ ਹੁੰਦਾ ਵੀ ਜਿਸ ਦਿਨ ਬੈੱਡਸ਼ੀਟ ਚੇਂਜ ਕਰੀਏ ਉਸ ਦਿਨ ਪੱਖਾ ਸਾਫ਼ ਕਰੀਏ, ਫਿਰ ਕੱਦਾਂ ਪਰੇ ਕਰਕੇ ਉੱਪਰ ਸਟੈਪ ਰੱਖ ਕੇ ਕਰੂੰਗੀ ਪੱਖਾ ਸਾਫ਼। ਪੱਖਾ ਨਾ ਰੂਮ 'ਚ ਸੈਂਟਰ 'ਚ ਹੋਣ ਕਰਕੇ ਬੈੱਡ ਦੇ ਉੱਪਰ ਚੜ੍ਹ ਕੇ ਹੀ ਸਾਫ਼ ਹੁੰਦਾ, ਕਿਉਂਕਿ ਬਿਲਕੁਲ ਬੈੱਡ ਦੇ ਸੈਂਟਰ 'ਚ ਕਰਕੇ ਲਗਾਇਆ ਹੋਇਆ। ਪਹਿਲਾਂ ਤਾਂ ਹੁੰਦਾ ਸੀ ਨਾ ਰੂਮ ਦੇ ਸਾਈਡ 'ਤੇ ਉਹ ਪੱਖੇ ਹੁੰਦੇ ਸੀ, ਬੈੱਡ ਦੇ ਸਾਈਡ 'ਤੇ ਘੋੜੀ ਲਗਾ ਕੇ ਅਤੇ ਉਹ ਪੱਖਾ ਸਾਫ਼ ਹੋ ਜਾਂਦਾ ਸੀ, ਪਰ ਹੁਣ ਘਰ ਦੀ ਰੈਨੋਵੇਸ਼ਨ ਤੋਂ ਬਾਅਦ ਬੈੱਡ ਦਾ ਸੈਂਟਰ ਲੈ ਕੇ ਲਗਾਏ ਗਏ ਨੇ, ਫਿਰ ਬੈੱਡ ਦੇ ਉੱਪਰ ਹੀ ਖੜ ਕੇ ਸਾਫ਼ ਹੁੰਦੇ ਨੇ। ਫਿਰ ਮੈਨੂੰ ਐਂ ਹੁੰਦਾ ਵੀ ਜਿਸ ਦਿਨ ਬੈੱਡਸ਼ੀਟ ਚੇਂਜ ਕਰੀਏ ਚਲੋ ਗੰਦਾ ਚੱਕ ਦੀਏ, ਸਪੈਸ਼ਲ ਗੱਦਾ ਚੱਕੋ ਫਿਰ ਬੈੱਡਸ਼ੀਟ ਤੁਸੀਂ ਲਗਾਓ, ਉਹ ਥੋੜ੍ਹਾ ਔਖਾ ਜਿਹਾ ਲੱਗਦਾ, ਫਿਰ ਉਸੇ ਦਿਨ ਮੈਂ ਪੱਖਾ ਸਾਫ਼ ਕਰਦੀ ਹੁੰਦੀ ਹਾਂ। ਬਾਕੀ ਜਿਵੇਂ ਹੁਣ ਗਰਮੀਆਂ ਨੇ ਪੱਖੇ ਚੱਲਦੇ ਨੇ ਤਾਂ ਜ਼ਿਆਦਾ ਗੰਦੇ ਹੁੰਦੇ ਨੇ, ਸਾਫ਼ ਵੀ ਜਲਦੀ ਕਰਨੇ ਪੈਂਦੇ ਨੇ। ਜਿਹੜੇ ਪਰਦਿਆਂ ਵਾਲੀ ਪਾਈਪ ਸੀ ਇਹਦੇ ਉੱਪਰ ਵੀ ਚਲੋ ਮੈਂ ਕਿਹਾ ਗਿੱਲਾ ਸੁੱਕਾ ਕੱਪੜਾ ਮਾਰ ਦਈਏ, ਕਿਉਂਕਿ ਫਿਰ ਡੇਲੀ ਡੇਲੀ ਇਹ ਸਫਾਈ ਨਹੀਂ ਹੁੰਦੀ। ਹੁਣ ਚਲੋ ਆਪਾਂ ਨੂੰ ਲਾਲਚ ਹੋਇਆ ਹੋਇਆ ਵੀ ਪਰਦੇ ਉਤਰੇ ਹੋਏ ਨੇ ਵੀ ਚਲੋ ਆਹ ਸਾਫ਼ ਕਰ ਦਈਏ, ਐਤਕੀ ਪਰਦੇ ਵਾਸ਼ ਕਰਨ ਕਰਨੀ ਮੈਂ ਲੇਟ ਹੋ ਗਈ ਨਹੀਂ, ਪਹਿਲਾਂ ਕਰ ਲੈਂਦੀ ਹੁੰਦੀ ਹਾਂ। ਉਹੀ ਗੱਲ ਆ ਜਦੋਂ ਆਪਾਂ ਕਿਸੇ 'ਤੇ ਆਸ ਰੱਖਦੇ ਹਾਂ ਨਾ ਕੰਮ ਕਰਨ ਦੀ, ਫਿਰ ਆਪਾਂ ਲੇਟ ਹੋ ਜਾਂਦੇ ਹੈ ਨਾ, ਅਗਲੇ ਤਾਂ ਆਪਾਂ ਡਿਪੈਂਡ ਹੋ ਕੇ ਬੈਠੇ ਰਹਿੰਦੇ ਵੀ ਚਲੋ ਆਹ ਬੰਦਾ ਆਪਣੀ ਹੈਲਪ ਕਰੂ, ਜਦੋਂ ਟਾਈਮ ਹੋ ਫ੍ਰੀ ਹੋ ਫਿਰ ਆਹ ਕੰਮ ਕਰਾਂਗੇ। ਮੈਂ ਵੀ ਦਵਿੰਦਰ 'ਤੇ ਬਸ ਐਂ ਆਸ ਰੱਖੀ ਹੋਈ ਸੀ ਵੀ ਇਹ ਪਰਦੇ ਉਤਾਰਨਗੇ ਤਾਂ ਮੈਂ ਧੋਊਂਗੀ, ਬਸ ਫਿਰ ਮੈਂ ਅੱਜ ਹਿੰਮਤ ਹੀ ਕਰਕੇ ਮੈਂ ਕਿਹਾ ਚਲ ਟਰਾਈ ਤਾਂ ਕਰਾਂ ਮੈਂ ਉਤਾਰਨ ਦੀ, ਕੀ ਇਹ ਮੇਥੋਂ ਪਾਈਪ ਖੁੱਲ੍ਹ ਜੇ ਮੈਂ ਉਤਾਰ ਸਕਾਂ, ਅਤੇ ਪਰ ਫਿਰ ਈਜ਼ੀਲੀ ਮੇਥੋਂ ਖੁੱਲ੍ਹ ਗਈ ਪਰਦੇ। ਫਿਰ ਮੈਂ ਕਿਹਾ ਚਲੋ ਮੈਂ ਤਾਂ ਐਵੇਂ ਇਹਨਾਂ 'ਤੇ ਆਸ ਰੱਖੀ ਬੈਠੀ ਸੀ ਹੈ ਨਾ, ਐਵੇਂ ਲੇਟ ਹੋਏਗੀ, ਉਹਦੇ 'ਤੇ ਵੀ ਪਰਦੇ ਧੋਣੇ ਨੇ, ਕਿੰਨੀ ਵਾਰ ਮੈਂ ਇਹਨਾਂ ਨੂੰ ਕਹਿ ਚੁੱਕੀ ਸੀ ਪਰਦੇ ਉਤਾਰ ਦਿਉ ਉਤਾਰ ਦਿਉ, ਪਰ ਉਹੀ ਗੱਲ ਆ ਜਦੋਂ ਕਿਸੇ ਆਸ ਰੱਖਦੇ ਹਾਂ ਨਾ ਫਿਰ ਆਪਣੇ ਕੰਮ ਲੇਟ ਹੋ ਜਾਂਦੇ ਨੇਗੇ। ਆਪ ਨੂੰ ਕੋਸ਼ਿਸ਼ ਕਰ ਲੈਣੀ ਚਾਹੀਦੀ ਕੰਮ ਦੀ, ਇੱਕ ਵਾਰ ਜੇ ਨਾ ਹੋਵੇ ਕੰਮ ਆਪਣੇ ਆਪ ਤੋਂ ਫਿਰ ਆਪਾਂ ਕਿਸੇ 'ਤੇ ਆਸ ਰੱਖੀਏ। ਇਸ ਕਰਕੇ ਮੈਨੂੰ ਕਿਸੇ ਤੋਂ ਆਸ ਰੱਖਣੀ, ਕਿਸੇ ਤੋਂ ਕੰਮ ਕਰਵਾਉਣਾ ਮੈਨੂੰ ਬਿਲਕੁਲ ਚੰਗਾ ਲੱਗਦਾ, ਕਿਸੇ ਨੂੰ ਸਵਾਲ ਪਾਉਣਾ। ਮੈਂ ਕਿਸੇ ਨੂੰ ਸਵਾਲ ਉਦੋਂ ਪਾਉਂਦੀ ਹਾਂ ਜਦੋਂ ਬਿਲਕੁਲ ਐਂ ਹੋਵੇ ਵੀ ਹੁਣ ਆਹ ਮੇਥੋਂ ਕੰਮ ਹੁੰਦਾ ਨੀਗਾ ਹੈ ਨਾ, ਅਣਸਰਦੇ ਨੂੰ ਮੈਂ ਕਿਸੇ ਨੂੰ ਸਵਾਲ ਪਾਉਂਦੀ ਨਹੀਂ, ਮੈਂ ਕਿਸੇ ਨੂੰ ਕੰਮ ਵਿੱਚ ਸਵਾਲ ਪਾ ਕੇ ਰਾਜ਼ੀ ਨਹੀਂ ਹੈਗੀ। ਆਪ ਚਾਹੇ ਔਖੀ ਹੋਈ ਚੱਲਾਂ ਪਰ ਮੈਂ ਕਿਸੇ ਨੂੰ ਸਵਾਲ ਨਹੀਂ ਪਾ ਕੇ ਰਾਜ਼ੀ ਹੈਗੀ ਕੰਮ ਪਿੱਛੇ, ਮੇਰਾ ਬਸ ਨੇਚਰ ਹੀ ਮੇਰੀ ਇਹੀ ਜੀ ਹੈ ਵੀ ਆਪ ਹੀ ਮੈਂ ਕਰੀ ਜਾਂਦੀ ਹਾਂ ਔਖੀ ਸੌਖੀ, ਪਰ ਕਿਸੇ ਨੂੰ ਮੈਂ ਕਹਿੰਦੀ ਨਹੀਂ ਹੈਗੀ ਵੀ ਆਹ ਕੰਮ ਕਰ ਦਿਉ ਆਹ ਕਰ ਦਿਉ, ਅਨਲੈਸ ਕਿ ਉਹ ਮੇਥੋਂ ਕੰਮ ਹੁੰਦਾ ਨਹੀਂ ਉਦੋਂ ਤੱਕ। ਅਤੇ ਹੁਣ ਫਿਰ ਮੈਂ ਕਿਹਾ ਚਲੋ ਕਬਰ 'ਤੇ ਵੀ ਕੱਪੜਾ ਮਾਰਦਾ, ਕੌਲੀਨ ਲਗਾ ਕੇ ਕਬਰ 'ਤੇ ਵੀ ਕੱਪੜਾ ਮਾਰ ਦਿੰਦੀ ਹਾਂ। ਸਾਫ਼ ਵੀ ਹੈ ਨਹੀਂ ਸੀ ਪਰ ਇੰਨੀਆਂ ਜ਼ਿਆਦਾ ਗੰਦੀਆਂ ਵੀ ਹੈ ਨਹੀਂ ਸੀ, ਇਹ ਵੀ ਚਲੋ ਇੱਕ ਵਾਰ ਥੋੜ੍ਹੇ ਬਹੁਤ ਜਿਹੜੇ ਕੋਈ ਹੱਥਾਂ ਦੇ ਦਾਗ ਫਿੰਗਰ ਪ੍ਰਿੰਟਸ ਵਗੈਰਾ ਹੈਗੇ ਨੇ ਸਾਫ਼ ਹੋ ਜਾਣਗੀਆਂ। ਹੁਣ ਡਸਟ ਹੁੰਦੀ ਹੈ ਪਰ ਆਪਾਂ ਦੇਖਦੇ ਨਹੀਂ, ਕੱਪੜੇ ਤੋਂ ਪਤਾ ਲੱਗਦਾ ਜਦੋਂ ਕੱਪੜਾ ਗੰਦਾ ਹੋ ਜਾਂਦਾ ਵੀ ਕੱਪੜਾ ਇੰਨਾ ਗੰਦਾ ਹੋ ਗਿਆ, ਫਿਰ ਪਤਾ ਲੱਗਦਾ ਵੀ ਹਾਂ ਡਸਟ ਹੈਗੀ ਸੀ। ਕਈ ਵਾਰ ਡਸਟ ਆਪਾਂ ਨੂੰ ਵਿਜ਼ੀਬਲ ਨਹੀਂ ਹੁੰਦੀ ਪਰ ਜਿਵੇਂ ਮੌਸਮ ਇਹ ਹਰ ਇੱਕ ਚੀਜ਼ 'ਤੇ ਨਾ ਮਿੱਟੀ ਬਹਿੰਦੀ ਬਹਿੰਦੀ ਆ ਕੇ।
ਹੋ ਜਾਂਦੀ ਕਬੜ, ਇਹ ਮੇਰੀ ਕਬੜ ਆ ਅਤੇ ਦਵਿੰਦਰ ਵਾਲੀ ਕਬੜ 'ਤੇ ਥੋੜ੍ਹੇ ਜ਼ਿਆਦਾ ਫਿੰਗਰ ਪ੍ਰਿੰਟ ਹੁੰਦੇ ਨੇ, ਆਈ ਡੋਂਟ ਨੋ ਵਾਏ ਕਿਉਂ ਉਹਨਾਂ ਦੀ ਕਬੜ 'ਤੇ ਇੰਨੇ ਫਿੰਗਰ ਪ੍ਰਿੰਟਸ ਹੁੰਦੇ ਨੇ, ਮੇਰੇ ਵਾਲੀ 'ਤੇ ਘੱਟ ਹੁੰਦੇ ਨੇਗੇ। ਬਾਕੀ ਜਿਵੇਂ ਹੁਣ ਬੱਚੇ ਹੈ ਨਹੀਂ, ਬੱਚੇ ਛੋਟੇ ਹੁੰਦੇ ਨੇ ਨਾ, ਫਿਰ ਥੋੜ੍ਹੀਆਂ ਇਹ ਚੀਜ਼ਾਂ ਜ਼ਿਆਦਾ ਗੰਦੀਆਂ ਹੁੰਦੀਆਂ ਨੇ, ਅਤੇ ਜਦੋਂ ਬੱਚੇ ਹੁਣ ਵੱਡੇ ਵੀ ਹੋ ਜਾਂਦੇ ਨੇ, ਹੈ ਵੀ ਨਹੀਂ ਕੋਲੇ, ਤਾਂ ਉਦੋਂ ਨਹੀਂ ਇੰਨਾ ਮੈਟਰ ਕਰਦੇ ਹੈਗੇ ਆ। ਕਾਫੀ ਟਾਈਮ ਤੋਂ ਹੁਣ ਤਾਂ ਮੈਂ ਸਾਫ਼ ਕਰਦੀ ਹੁੰਦੀ, ਅੱਗੇ ਤਾਂ ਥੋੜ੍ਹਾ ਜਿਹਾ ਟਾਈਮ ਲੱਗਦਾ ਫਿਰ ਕਰਨੀਆਂ ਪੈਂਦੀਆਂ, ਪਰ ਹੁਣ ਕਾਫੀ ਟਾਈਮ ਲੱਗ ਗਿਆ ਨਾ, ਫਿਰ ਮੈਂ ਕਬਰ ਸਾਫ਼ ਕਰਦੀ ਹੁੰਦੀ ਹਾਂ। ਇਹ ਹੈਗਾ ਸਾਡੇ ਰੂਮ ਨਾਲ ਅਟੈਚ ਵਾਸ਼ਰੂਮ, ਵਾਸ਼ਰੂਮ ਦਾ ਇਹ ਡੋਰ ਹੈ ਨਾ, ਇਹ 'ਤੇ ਮਾਈਕਾ ਲੱਗਿਆ ਹੋਇਆ, ਇਹ 'ਤੇ ਇਹ ਵੀ ਕਰ ਰਹੀ ਹਾਂ ਸਾਫ਼। ਜਦੋਂ ਖੋਲਦੇ ਹਾਂ ਬਾਥਰੂਮ 'ਚ, ਜਿਵੇਂ ਆਉਂਦੇ ਅਚਾਨਕ ਕਈ ਵਾਰ ਗਿੱਲੇ ਹੱਥ ਹੁੰਦੇ, ਦਾਗ ਵਗੈਰਾ ਲੱਗ ਜਾਂਦੇ ਨੇ, ਇਹ ਡੋਰ ਵੀ ਸਾਫ਼ ਕਰਨ ਵਾਲਾ ਸੀ। ਇਹਦੀ ਵੀ ਮੈਨੂੰ ਬਹੁਤ ਬਹੁਤ ਘੌਲ ਹੋਈ, ਵੀ ਅੱਜ ਮੈਂ ਉਹ ਕੰਮ ਕਰ ਰਹੀ ਹਾਂ ਜਿਨ੍ਹਾਂ 'ਤੇ ਮੈਨੂੰ ਘੌਲ ਸੀ, ਜਿਵੇਂ ਪੜਦੇ ਉਤਾਰਨ ਦੀ, ਵਾਸ਼ ਕਰਨ ਦੀ ਘੌਲ ਸੀ, ਆਹ ਵਾਲੇ ਡੋਰ 'ਤੇ, ਵਾਸ਼ਰੂਮ ਵਾਲੇ ਡੋਰ 'ਤੇ ਮੈਂ ਕੋਲਿਨ ਮਾਰਨਾ ਸੀ, ਇਹਦੀ ਮੈਨੂੰ ਬਹੁਤ ਘੌਲ ਹੋਈ ਪਈ ਸੀ। ਇਹਦੇ ਵੀ ਮਾਰਦੇ ਨੇ ਕੋਲਿਨ, ਸਾਫ਼ ਹੋ ਜੂ ਫਿਰ, ਥੋੜ੍ਹੇ ਦਾਗ ਜੇ ਫਿੰਗਰ ਪ੍ਰਿੰਟਸ ਦੀ ਚੀਜ਼ਾਂ 'ਤੇ ਦਿਖਦੇ ਹੋਣ ਨਾ, ਉਹ ਸੋਹਣੇ ਨਹੀਂ ਲੱਗਦੇ ਹੈਗੇ ਦੇਖਣ ਨੂੰ। ਅਤੇ ਹੁਣ ਮੈਂ ਲੈ ਲਿਆ ਉਹ ਟੈਪ ਐਂਡ ਸ਼ਾਵਰ ਕਲੀਨਰ ਜੋਫ ਵਾਲਾ, ਜਿਹੜਾ ਮੈਂ ਐਮਾਜ਼ੋਨ ਤੋਂ ਔਨਲਾਈਨ ਮੰਗਵਾਇਆ ਸੀਗਾ, ਫਿਰ ਉਹ ਅੱਜ ਟੈਪਸ 'ਤੇ ਜਿੰਨੇ ਵੀ ਇਹ ਟੋਇਲਟ ਸੀਟ ਕੋਲ ਵੀ ਪਾਣੀ ਵਾਲੇ ਪੁਆਇੰਟ ਨੇ, ਅਤੇ ਇਹਨਾਂ 'ਤੇ ਵੀ ਮੈਂ ਉਹ ਕੱਪੜੇ 'ਤੇ ਲਗਾ ਕੇ ਮਾਰ ਰਹੀ ਹਾਂ, ਡਾਇਰੈਕਟ ਨਹੀਂ ਮੈਂ ਯੂਜ਼ ਕਰ ਰਹੀ, ਪਹਿਲਾਂ ਮੈਂ ਕੱਪੜੇ 'ਤੇ ਸਪਰੇਅ ਕੀਤਾ, ਫਿਰ ਮੈਂ ਉਹ ਮਾਰ ਰਹੀ ਹਾਂ, ਤਾਂ ਕਿ ਜੇ ਕਿਤੇ ਵੀ ਕੋਈ ਵੀ ਪਾਣੀ ਦੇ ਦਾਗ ਹੈਗੇ ਨੇ, ਅੱਛੀ ਤਰ੍ਹਾਂ ਸਾਫ਼ ਹੋ ਜਾਣ, ਚਮਕ ਜਾਣ, ਕਿਉਂਕਿ ਇਹ ਚੀਜ਼ਾਂ 'ਤੇ ਵੀ ਬਹੁਤ ਬਹੁਤ ਪੈਸਾ ਲੱਗਦਾ, ਫਿਰ ਇਹਨਾਂ ਨੂੰ ਸਫਾਈ ਮੇਨਟੇਨ ਕਰਨੀ ਵੀ ਬਣਦੀ ਹੈ ਨਾ, ਫਿਰ ਨਹੀਂ ਉਹ ਤੁਸੀਂ ਸਫਾਈ ਨਹੀਂ ਕਰੋਗੇ ਤਾਂ ਬਹੁਤ ਬੁਰੇ ਜਿਹੇ ਲੱਗਣ ਲੱਗ ਜਾਂਦੇ। ਜਿਹੜੇ ਸਟੀਲ ਦੀਆਂ ਰਿੰਗਸ 'ਤੇ ਲੱਗੇ ਹੋਏ ਨੇ ਸਾਈਡਸ 'ਤੇ ਨਾ, ਪਾਣੀ ਵਾਲੇ ਪੁਆਇੰਟਸ ਕੋਲ, ਇਹ ਬਹੁਤ ਬਾਅਦ 'ਚ ਬੁਰੇ ਜਿਹੇ ਲੱਗਦੇ ਨੇ ਦੇਖਣ ਨੂੰ, ਇਸ ਕਰਕੇ ਫਿਰ ਮੈਂ ਸ਼ੁਰੂ ਤੋਂ ਮੇਰੀ ਆਦਤ ਹੀ ਵੀ ਮੈਂ ਇਹਨਾਂ ਨੂੰ ਸਾਫ਼ ਕਰਕੇ ਰੱਖਦੀ ਹਾਂ, ਇਹਨਾਂ 'ਤੇ ਵੀ ਹਮੇਸ਼ਾ ਕੱਪੜਾ ਮਾਰਦੀ ਹਾਂ। ਕਈ ਵਾਰ ਤਾਂ ਮੈਂ ਸਿੰਪਲ ਗਿੱਲਾ ਸੋਕਾ ਕੱਪੜਾ ਹੀ ਮਾਰਦਾ ਨਹੀਂ ਹੁੰਦੀ ਹਾਂ ਡਸਟਿੰਗ ਕਰਦੀ, ਅਤੇ ਫਿਰ ਕਈ ਵਾਰ ਕਈ ਦਿਨਾਂ ਤੋਂ ਮੈਂ ਇਹ ਟੈਪ ਕਲੀਨਰ ਇਹ ਯੂਜ਼ ਕਰਦੀ ਹੁੰਦੀ ਹਾਂ, ਇਹਨਾਂ ਸਾਰੇ ਜਿਹੜੇ ਟੈਪਸ ਆਪਣੇ ਪਾਣੀ ਦੇ ਦਾਗ ਵਗੈਰਾ ਹੁੰਦੇ ਨੇ ਉਹ ਸਾਫ਼ ਹੋ ਜਾਂਦੇ ਨੇਗੇ, ਪਰ ਮਾਰੋ ਇਹਨੂੰ ਕੱਪੜੇ 'ਤੇ ਲਗਾ ਕੇ ਡਾਇਰੈਕਟ ਤੁਸੀਂ ਸਪਰੇਅ ਨਾ ਕਰੋ, ਇਹਦਾ ਰਿਜ਼ਲਟ ਵੀ ਬਹੁਤ ਬਹੁਤ ਵਧੀਆ, ਬਿਲਕੁਲ ਸ਼ਾਈਨ ਆ ਜਾਂਦੀ ਹੈ। ਪਹਿਲਾਂ ਮੈਨੂੰ ਦਵਿੰਦਰ ਕਹਿ ਰਹੇ ਸੀ, ਕਹਿੰਦੇ ਤੂੰ ਟੂਟੀਆਂ ਖਰਾਬ ਨਾ ਕਰ ਦੀ, ਕਿਤੇ ਐਵੇਂ ਸਪਰੇਅ ਮੰਗਾ ਕੇ ਇਹ ਪਤਾ ਨਹੀਂ ਕੀ ਕੁਛ ਪਾਇਆ ਹੁੰਦਾ ਇਹਨਾਂ ਵਿੱਚ ਕੈਮੀਕਲ ਵਗੈਰਾ, ਵੀ ਇਹਨਾਂ ਦੀ ਸ਼ਾਈਨ ਚਲੀ ਜਾਊਗੀ, ਪਰ ਮੈਂ ਪਹਿਲਾਂ ਬਾਹਰ ਵਾਲੀਆਂ ਜਿਹੜੀਆਂ ਟੂਟੀਆਂ ਸੀਗੀਆਂ ਉਹਨਾਂ 'ਤੇ ਮੈਂ ਇਹ ਟੈਸਟ ਕੀਤਾ ਸੀਗਾ, ਫਿਰ ਮੈਂ ਅੰਦਰ ਯੂਜ਼ ਕਰਨ ਲੱਗੀ ਹਾਂ, ਸਿੱਧਾ ਮੈਂ ਅੰਦਰ ਵਾਲੀਆਂ ਟੈਪਸ 'ਤੇ ਨਹੀਂ ਯੂਜ਼ ਕੀਤਾ, ਪਹਿਲਾਂ ਬਾਹਰ ਵਾਲੀਆਂ ਟੈਪਸ 'ਤੇ, ਪੁਰਾਣੀਆਂ ਟੈਪਸ 'ਤੇ, ਫਿਰ ਵਾਸ਼ਿੰਗ ਏਰੀਆ ਵਾਲੀ ਟੈਪਸ 'ਤੇ ਯੂਜ਼ ਕਰਕੇ ਦੇਖਿਆ, ਫਿਰ ਮੈਂ ਅੰਦਰ ਯੂਜ਼ ਕਰਨ ਲੱਗਿਆ, ਦੇਖੋ ਬਿਲਕੁਲ ਨਾ ਚਮਕ ਜਾਂਦੀਆਂ ਨੇਗੀਆਂ। ਇਹ ਜੋਫ ਦਾ ਹੈਗਾ, ਜੋਫ ਟੈਪ ਐਂਡ ਸ਼ਾਵਰ ਕਲੀਨਰ, ਉਹ ਸਰਚ ਕਰੋਗੇ ਤਾਂ ਐਮਾਜ਼ੋਨ 'ਤੇ ਤੁਹਾਨੂੰ ਈਜ਼ੀਲੀ ਮਿਲ ਜੂਗਾ, ਔਰ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਇਹ, ਪਰ ਟੈਪਸ ਦੀ ਸ਼ਾਈਨ ਦੇਖੋ ਬਹੁਤ ਜ਼ਿਆਦਾ ਸ਼ਾਈਨ ਆ ਜਾਂਦੀ ਹੁੰਦੀ ਆ, ਬਿਲਕੁਲ ਬਸ ਐਂ ਲੱਗਦਾ ਜਿਵੇਂ ਅੱਜ ਹੀ ਨਵੀਆਂ ਲਗਵਾਈਆਂ ਨੇ, ਇੰਨੀ ਜ਼ਿਆਦਾ ਸ਼ਾਈਨ ਆ ਜਾਂਦੀ ਇਹਨਾਂ ਵਿੱਚ। ਪਰ ਇਹ ਨਹੀਂ ਹੈਗਾ ਵੀ ਇੱਕ ਦਿਨ ਸਾਫ਼ ਕਰਕੇ ਉਦੋਂ ਬਾਅਦ ਸਾਫ਼ ਨਾ ਕਰੋ, ਡੇਲੀ ਮੈਂ ਬਾਥਰੂਮ 'ਚ ਜੋ ਅਸੀਂ ਬਾਥਰੂਮ ਯੂਜ਼ ਕਰਦੇ ਹਾਂ ਨਹਾਉਂਦੇ ਹਾਂ ਤਾਂ ਟੈਪਸ 'ਤੇ ਮੈਂ ਜ਼ਰੂਰ ਸੁੱਕਾ ਕੱਪੜਾ ਮਾਰਨਾ ਜਾਣ ਕਿ ਪਾਣੀ ਨਹੀਂ ਮੈਂ ਕਦੇ ਖੜਨ ਦਿੱਤਾ ਇਹਨਾਂ 'ਤੇ ਵੀ। ਅਤੇ ਫਿਰ ਹੁਣ ਮੈਂ ਸੋਚਿਆ ਚਲੋ ਰੂਮ ਦੀ ਡਸਟਿੰਗ ਵੀ ਕਰ ਲਾਂ, ਬੈੱਡਸ਼ੀਟ ਵਗੈਰਾ ਚੇਂਜ ਹੋ ਗਈ ਸੀ ਵੀ ਚਲੋ ਡਸਟਿੰਗ ਕਰ ਲਈਏ, ਤੁਹਾਨੂੰ ਲੱਗ ਗਏ ਸੀ ਡਸਟਿੰਗ ਕਰਨ, ਕਿਉਂਕਿ ਫਿਰ ਚਾਦਰ ਵਗੈਰਾ ਝਾੜ ਦੀ ਡਸਟ ਪਈ ਪਈ ਸੀ, ਫਿਰ ਹੀ ਰੂਮ ਵਧੀਆ ਲੱਗੂ ਜਦੋਂ ਆਪਾਂ ਨਾਲ ਡਸਟਿੰਗ ਵੀ ਕਰ ਲਾਂਗੇ, ਇਹ ਨਹੀਂ ਵੀ ਇਕੱਲੀ ਚਾਦਰ ਬਦਲ ਦਿਉ ਫਿਰ ਹੀ ਰੂਮ ਵਧੀਆ ਲੱਗੂਗਾ। ਮੈਂ ਚਲੋ ਡਸਟਿੰਗ ਕਰ ਲੈਂਦੀ, ਕਿਉਂਕਿ ਸਵੇਰੇ ਵੀ ਮੈਂ ਡਸਟਿੰਗ ਕਰੀ ਨਹੀਂ ਸੀ, ਇਸ ਕਰਕੇ ਵੀ ਚਲੋ ਡਸਟਿੰਗ ਕਰ ਲੈਂਦੀ ਹਾਂ। ਰੂਮ ਸੈੱਟ ਕਰਿਆ ਵਧੀਆ ਲੱਗਦਾ, ਬੈੱਡਸ਼ੀਟ ਚੇਂਜ ਕਰੀ, ਸਾਫ਼ ਸੁਥਰਾ ਜਿਹਾ, ਅਤੇ ਸਵੇਰੇ ਅੱਜ ਮੈਂ ਕੋਈ ਕੰਮ ਹੀ ਨਹੀਂ ਕਰਿਆ, ਬਸ ਕੱਪੜੇ ਧੋਤੇ, ਪ੍ਰੈਸ ਕਰੇ ਅਤੇ ਕਿਚਨ ਦਾ ਕੰਮ ਕਰਿਆ। ਫਿਰ ਕਈ ਵਾਰ ਨਹੀਂ ਦਿਲ ਕਰਦਾ, ਮੈਂ ਨਹੀਂ ਕਰਦੀ ਕੰਮ, ਹੈ ਨਾ, ਜ਼ਰੂਰੀ ਨਹੀਂ ਕਿ ਰੋਜ਼ ਕਰਨਾ ਹੀ ਕਰਨਾ, ਕਈ ਵਾਰ ਜ਼ਿਆਦਾ ਵੀ ਹੋ ਜਾਂਦਾ, ਕਈ ਵਾਰ ਘੱਟ ਵੀ ਹੋ ਜਾਂਦਾ, ਕਦੇ ਕਦੇ ਮੈਂ ਬਿਲਕੁਲ ਫ੍ਰੀ ਵੀ ਪੈ ਜਾਣੀ ਹੁੰਦੀ, ਜਿਵੇਂ ਮੇਰਾ ਮਨ ਮੰਨਦਾ ਬਸ ਮੈਂ ਉਵੇਂ ਕੰਮ ਕਰਦੀ ਹਾਂ। ਆਪਾਂ ਤਾਂ ਆਪਣੇ ਮਨ ਦੀ ਸੁਣੀ ਦੀ, ਮਨ ਕਰਦਾ ਤਾਂ ਕਰ ਲੈਂਦੇ, ਨਹੀਂ ਤਾਂ ਨਾ। ਸੀ ਅਤੇ ਇੱਧਰ ਪੜਦੇ ਧੋਤੇ ਗਏ ਸੀ ਅਤੇ ਪੜਦੇ ਪਾ ਦੇਣੇ ਸੁੱਕਣੇ, ਫੁੱਲੀ ਮਸ਼ੀਨ 'ਚ ਧੋ ਲਏ ਸੀ, ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਿਆ ਸੀ ਧੋਣ ਵਾਸਤੇ,
ਅਤੇ ਨਾਲ ਨਾਲ ਪੜਦੇ ਧੋਤੇ ਗਏ ਅਤੇ ਨਾਲ ਮੈਂ ਅੰਦਰ ਆਪਦਾ ਕੰਮ ਕਰ ਲਿਆ। ਐਂ ਫੁੱਲੀ ਮਸ਼ੀਨ ਦਾ ਸੁੱਖ ਹੋ ਜਾਂਦਾ, ਜਦ ਆਪਾਂ ਭਾਰੀ ਚੀਜ਼ਾਂ ਧੋਣੀਆਂ ਹੋਣ ਨਾ ਫਿਰ ਬਹੁਤ ਜ਼ਿਆਦਾ ਸੁੱਖ ਹੋ ਜਾਂਦਾ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਚੀਜ਼ ਧੋਤੀ ਗਈ, ਨਹੀਂ ਤਾਂ ਅੱਗੇ ਸੈਮੀ ਮਸ਼ੀਨ 'ਚ ਪੜਦੇ ਪੁੜਦੇ ਧੋਣੇ ਬਹੁਤ ਔਖੇ ਸੀ ਵੀ ਬਸ ਹੋ ਜਾਂਦੀ ਸੀਗੀ। ਅਤੇ ਨਾਲ ਇਹ ਹੁੰਦਾ ਸੈਮੀ ਮਸ਼ੀਨ 'ਚੋਂ ਰਿੰਗਸ ਵੀ ਖਰਾਬ ਹੋ ਜਾਂਦੇ ਨੇ, ਪਰ ਇਹ ਜਰਾਬ ਵਾਲਾ ਆਈਡੀਆ ਮੈਨੂੰ ਲੱਗਦਾ ਸੈਮੀ ਮਸ਼ੀਨ 'ਚ ਵੀ ਚੱਲ ਜੂ ਬੰਨ ਕੇ, ਤੁਸੀਂ ਉਹ 'ਚ ਵੀ ਪਾ ਦਿਓ। ਪਰ ਭਾਰੀ ਪੜਦੇ ਫਿਰ ਸੈਮੀ 'ਚੋਂ ਕੱਢਣੇ, ਦੂਜੇ ਟੱਬ 'ਚ ਪਾਉਣੇ, ਉਹ ਵੀ ਔਖਾ ਕੰਮ ਆ, ਅਤੇ ਫੁੱਲੀ 'ਚ ਇਹ ਸਾਰਾ ਕੰਮ ਹੀ ਖਤਮ ਹੋ ਜਾਂਦਾ। ਬਸ ਤੁਸੀਂ ਪੜਦੇ ਪਾਓ ਅਤੇ ਉਸ ਤੋਂ ਬਾਅਦ ਧੋਤੇ ਤੁਸੀਂ ਕੱਢੋਗੇ, ਸਾਰੀ ਮਿਹਨਤ ਆਪਣੀ ਬਿਲਕੁਲ ਕਰਨ ਦੀ ਲੋੜ ਹੀ ਨਹੀਂ ਪੈਂਦੀ, ਮਿਹਨਤ ਹੀ ਖਤਮ ਹੋ ਜਾਂਦੀ ਉਹ ਮਸ਼ੀਨ 'ਚ। ਚਲੋ ਪੜਦੇ ਧੋ ਕੇ ਸੁੱਕਣੇ ਪਾਤੇ, 4:30 ਹੋ ਗਈ ਅਤੇ ਮੈਂ ਆਪਣੀ ਕਰਕੇ ਲੈ ਕੇ ਚਾਹ। ਮੈਂ ਨਾ ਵਿੱਚ ਸੌਂ ਗਈ ਸੀ, 3:30 ਤੋਂ 4:15 ਵਜੇ ਤੱਕ ਪੌਣਾ ਘੰਟਾ ਮੈਂ ਸੌਂ ਗਈ, ਕਿਉਂਕਿ ਮੈਂ ਲੰਚ ਤੋਂ ਪਹਿਲਾਂ ਅੱਜ ਸੁੱਤੀ ਨਹੀਂ। ਪਹਿਲਾਂ ਰੈਸਟ ਜ਼ਰੂਰ ਕਰਿਆ ਠੀਕ ਹੈ, ਪਰ ਮੈਂ ਅੱਜ ਫੋਨ ਕਾਲਸ 'ਤੇ ਬਿਜ਼ੀ ਰਹੀ ਹਾਂ, ਇਸ ਕਰਕੇ ਮੈਂ ਸੌਣ ਦਾ ਮੈਨੂੰ ਟਾਈਮ ਲੱਗਿਆ ਅਤੇ ਮੈਨੂੰ ਆ ਗਈ ਨੀਂਦ। ਅਤੇ ਪੜਦੇ ਮੈਂ ਪਾਏ ਇਸ ਮਸ਼ੀਨ ਵਿੱਚ, ਪੜਦੇ ਸੁੱਕਣੇ ਪਾ ਤਾ, ਉਸਦਾ ਰੂਮ ਦੀ ਕਲੀਨਿੰਗ ਹੋ ਗਈ, ਮੈਨੂੰ ਐਂ ਲੱਗਿਆ ਮੈਂ ਅੱਧਾ ਘੰਟਾ ਰੈਸਟ ਕਰ ਲਾ ਵੀ ਮੈਨੂੰ ਨੀਂਦ ਆ ਰਹੀ ਹੈ ਨਾ। ਫਿਰ ਮੈਂ ਕਿਹਾ ਚਲੋ ਮੈਂ ਕੰਮ ਵੀ ਕੀ ਕਰਨਾ, ਮੈਂ ਸੌਂ ਜਾਂਦੀ ਅੱਧਾ ਘੰਟਾ ਪੌਣਾ ਘੰਟਾ, ਫਿਰ ਮੈਂ ਸੌਂ ਗਈ ਸੀ। ਹੁਣ ਲੈ ਕੇ ਚਾਹ ਕਰਕੇ ਚਾਹ ਪੀਂਦੇ ਹਾਂ, ਫਿਰ ਪੜਦੇ ਦੇਖਦੇ ਹਾਂ ਸੁੱਕ ਗਏ ਹੋਣੇ, ਪ੍ਰੈਸ ਮਾਰ ਕੇ ਪੜਦੇ ਲਗਾ ਦੂੰਗੀ ਮੈਨੂੰ ਬਣਾ ਹੀ ਹੁੰਦਾ ਵੀ ਕਿਸੇ 'ਤੇ ਮੈਂ ਕੀ ਆਸ ਰੱਖਾਂ ਹੈ ਨਾ ਦਵਿੰਦਰ ਤੋਂ, ਮੈਂ ਆਸ ਡਰਦੀ ਬਹਿ ਕੇ ਪੜਦੇ ਪਾਉਣ 'ਤੇ ਲਗਾਊਂਗੀ। ਪੜਦੇ ਮੈਂ ਹੁਣ ਲਗਾ ਦੇਣੇ ਵਾ, ਸੁੱਕੇ ਪਏ ਹੋਣੇ, ਪ੍ਰੈਸ ਕਰਕੇ ਪੜਦੇ ਪਾ ਹੀ ਦੂੰਗੀ। ਹੁਣ ਸ਼ਾਮ ਜੀ ਨੂੰ ਪੜਦੇ ਸੁੱਕ ਗਏ ਸੀ, ਮੈਨੇ ਗਰਮੀ ਬਹੁਤ ਜਲਦੀ ਸੁੱਕ ਗਈ ਸੀ ਅਤੇ ਮੈਂ ਕਿਹਾ ਚਲੋ ਲਗਾ ਦਾਂ। ਮੈਂ ਸੋਚ ਰਹੀ ਸੀ ਪ੍ਰੈਸ ਮਾਰਾਂ, ਫਿਰ ਮੈਂ ਦੇਖਿਆ ਮੈਂ ਕਿਹਾ ਪ੍ਰੈਸ ਮਾਰਨ ਦੀ ਲੋੜ ਹੀ ਨਹੀਂ, ਇਹਨਾਂ ਦੀ ਕਰੀਜ਼ਿਸ ਆਲਰੇਡੀ ਬਣੀਆਂ ਪਈਆਂ ਸੀ, ਬਹੁਤ ਸੋਹਣੀਆਂ ਲੱਗ ਰਿਹਾ ਸੀ ਜਿਵੇਂ ਪ੍ਰੈਸ ਮਾਰੀ ਹੁੰਦੀ ਹੈ, ਫਿਰ ਮੈਨੂੰ ਪ੍ਰੈਸ ਮਾਰਨ ਦੀ ਲੋੜ ਨਹੀਂ ਪਈ ਹੈਗੀ ਇਹਨਾਂ 'ਤੇ, ਇਸ ਕਰਕੇ ਮੈਂ ਕਿਹਾ ਫਿਰ ਕਾਹਨੂੰ ਮੱਥਾ ਮਾਰਾਂ, ਚਲੋ ਪ੍ਰੈਸ ਪਿੱਛੇ ਪਹਿਲਾਂ ਮੈਨੂੰ ਐਂ ਸੀ ਪ੍ਰੈਸ ਮਾਰੂੰਗੀ, ਪਰ ਪ੍ਰੈਸ ਮਾਰਨ ਦੀ ਲੋੜ ਨਹੀਂ ਪਈ ਹੈਗੀ। ਸੋ ਅੱਜ ਮੇਰੇ ਰੂਮ ਦੀ ਹੋ ਗਈ ਕਲੀਨਿੰਗ, ਮੇਰਾ ਕੋਈ ਪਲੈਨ ਨਹੀਂ ਸੀਗਾ, ਪਰ ਮੈਂ ਸੋਚ ਉਹੀ ਟਰਾਈ ਕਰ ਰਹੀ ਸੀ, ਮੈਂ ਚਲੋ ਪੜਦੇ ਉਤਾਰ ਕੇ ਟਰਾਈ ਕਰਦਾ, ਜੇ ਉਤਰ ਗਏ ਪੜਦੇ ਉਤਰ ਗਏ ਫਿਰ ਮੈਂ ਚਲੋ ਆਪਣੇ ਰੂਮ ਦੀ ਮੈਂ ਕਿਹਾ ਚਲੋ ਕਲੀਨਿੰਗ ਵੀ ਕਰ ਲੈਂਦੇ, ਕਈ ਵਾਰ ਬੈਠੇ ਬੈਠੇ ਅਸੀਂ ਅਚਾਨਚਕ ਪਲੈਨ ਜਿਹਾ ਬਣ ਜਾਂਦਾ। ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ, ਮੈਨੂੰ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ। ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ। ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।